ਵਾਲਕਮ ਸਲਾਮ ਜੀ, ਕੀ ਹਾਲ? ਸ਼ੁਕਰ ਅੱਲਾ ਦਾ, ਤੁਸੀਂ ਸੁਣਾਓ? ਫੈਮਿਲੀ ਨਾਲ ਆਏ ਭੈਣ? ਮੈਂ ਕੰਮ ਕਰਾ ਰਿਹਾ, ਤੁਹਾਨੂੰ ਨਜ਼ਰ ਨਹੀਂ ਆ ਰਿਹਾ? ਅੱਛਾ, ਲਾਈਟਾਂ ਲਾ ਰਿਹਾ। ਅੱਛਾ ਅੱਛਾ, ਤੁਸੀਂ ਕਿਸੇ ਨੂੰ ਲੱਭ ਰਹੇ? ਨਹੀਂ ਨਹੀਂ, ਇੱਥੇ ਹੀ ਰਹਿੰਦੇ ਤੁਸੀਂ? ਕਿ ਕਿਸੇ ਦੂਸਰੇ ਸ਼ਹਿਰੋਂ ਆਏ? ਕੀ ਗੱਲ ਹੋ ਗਈ, ਕੋਈ ਕੰਮ ਦਾਵਤ ਕਰਨੀ ਮੇਰੀ? ਨਹੀਂ ਨਹੀਂ, ਮੈਂ ਕਿਹਾ ਫੈਮਿਲੀ ਨੂੰ ਘੁਮਾਣ ਫਿਰਾਉਣ ਲਿਆ। ਹਾਂਜੀ, ਘੁਮਾਉਣ ਫਿਰਾਉਣ ਲਿਆ ਕਿ ਇੱਥੋਂ ਦੇ ਹੀ ਰਹਿਣ ਵਾਲੇ? ਤੁਸੀਂ ਮੈਨੂੰ ਕੰਮ ਦੱਸੋ, ਮੈਂ ਇੱਥੇ ਤਾਂ ਰਹਿਣ ਵਾਲਾ ਹੋਵਾਂ, ਭਾਵੇਂ ਮੈਂ ਘੁਮਾਉਣ ਫਿਰਾਉਣ ਲਿਆ ਫੈਮਿਲੀ ਨੂੰ। ਤੁਹਾਨੂੰ ਕੀ ਕੰਮ? ਕੁਛ ਨੀ ਭੈਣ, ਕੰਮ ਕੀ ਹੋਣਾ, ਬਸ ਆਪਣੇ ਬੱਚਿਆਂ ਵਾਸਤੇ ਮਿਹਨਤ ਮਜ਼ਦੂਰੀ ਕਰਦੇ। ਨਹੀਂ ਨਹੀਂ, ਉਹ ਕਰਨੀ ਪੈਂਦੀ, ਜ਼ਾਹਰ ਆ, ਤੁਹਾਨੂੰ ਵੀ ਪਤਾ ਵਾ, ਸਿਰ ਤੇ ਕੋਈ ਵੱਡਾ ਹੋਵੇ, ਕੋਈ ਬਾਪ ਜਾਂ ਭਰਾ ਹੋਵੇ, ਫਿਰ ਤੇ ਨਹੀਂ ਟੈਨਸ਼ਨ ਹੁੰਦੀ, ਤੇ ਜਦੋਂ ਕੋਈ ਵੀ ਬੰਦਾ ਨਾ ਹੋਵੇ ਸਿਰ ਤੇ, ਫਿਰ ਤੇ ਆਪ ਹੀ ਕਮਾ ਕੇ ਬੱਚਿਆਂ ਨੂੰ ਦੇਣਾ। ਤੁਹਾਨੂੰ ਕਿਸੇ ਨੇ ਦੱਸਿਆ ਵਾ ਕਿ ਮੈਂ ਇਸ ਇਲਾਕੇ ਦਾ ਚੇਅਰਮੈਨ ਆ, ਜਾਂ ਮੈਂ ਇੱਥੋਂ MPA ਦਾ ਇਲੈਕਸ਼ਨ ਲੜਿਆ ਵਾ, ਜਾਂ ਮੈਂ ਲੜਨਾ ਵਾ, ਜਾਂ ਮੈਂ MNA ਆ, ਮੈਨੂੰ ਐਡੇ ਦੁੱਖ ਕਿਉਂ ਤੁਸੀਂ ਸੁਣਾਉਣ ਦਿਓ? ਜਾ ਕੇ ਆਪਣਾ ਕੰਮ ਕਰ ਬੀਬੀ, ਤੂੰ ਮੈਨੂੰ ਐਵੇਂ ਦੁੱਖ ਸੁਣਾਉਣ ਦੇਈ। ਭਰਾਵਾ, ਦੂਰੋਂ ਤੇਰੇ ਤੇ ਧਿਆਨ ਪਿਆ, ਮੈਂ ਕਿਹਾ ਬੰਦਾ ਤੇ ਕੋਈ ਚੰਗਾ ਲੱਗਦਾ ਵਾ, ਤੇ ਮੈਂ ਇਸ ਕਰਕੇ ਭਾਈ ਨਾ, ਆ ਵੇਖੋ, ਆ ਲੈ ਲਓ ਤੁਸੀਂ, ਜ਼ਿਆਦਾ ਮਹਿੰਗੀ ਨਹੀਂ ਹੈ? ਨਹੀਂ ਚਾਹੀਦੀ ਮੈਨੂੰ, ਨਹੀਂ ਚਾਹੀਦੀ, ਮੈਂ ਕੀ ਕਰਨੀ, ਮੈਨੂੰ ਨਹੀਂ ਜ਼ਰੂਰਤ ਹੈ ਦੀ। ਚਲੋ, ਉਹਨੇ ਜ਼ਰੂਰਤ ਨਹੀਂ ਹੈ, ਕੋਈ 4 ਕੁ ਸਾਲ ਠਹਿਰ ਕੇ ਤੇ ਜ਼ਰੂਰਤ ਪੈਣੀ ਹੈ ਤੁਹਾਨੂੰ। ਹਾਂਜੀ, 4 ਸਾਲ ਠਹਿਰ ਕੇ ਜ਼ਰੂਰਤ ਪੈਣੀ ਹੈ, ਜਦੋਂ ਤੁਸੀਂ ਬੁੱਢਿਆਂ ਹੋ ਜਾਣਾ ਤਾਂ ਜ਼ਾਹਰ ਹੈ ਫਿਰ ਇੱਦਾਂ ਦੀ ਚੀਜ਼ ਚਾਹੀਦੀ ਹੁੰਦੀ। ਤੂੰ ਨਜੂਮੀ ਹੈ, ਮੈਨੂੰ 4 ਸਾਲ ਬਾਅਦ ਇਹਦੀ ਲੋੜ ਪੈਣੀ ਹੈ, ਮੈਂ ਡਿੱਗ ਜਾਣਾ ਵਾ, ਮੈਨੂੰ 60 ਲੱਗ ਜਾਣੀ ਹੈ, ਬੁੱਢਿਆਂ ਹੋ, ਤੈਨੂੰ ਪਤਾ ਮੈਂ 4 ਸਾਲ ਬਾਅਦ ਬੁੱਢਾ ਹੋ ਜਾਣਾ ਵਾ, ਮੈਨੂੰ ਐਵੀ SOT ਵੇਚਣਾ, ਤੇ ਮੈਨੂੰ ਅਗਲੀ ਗੱਲ ਨਾ ਸੁਣਾ, ਤੇਰੀ ਮਿਹਰਬਾਨੀ, ਜਾਂ ਆਪਣਾ ਕੰਮ ਕਰ, ਮੈਨੂੰ ਆਪਣਾ ਕੰਮ ਕਰਨ ਦੇ। ਭਰਾਵਾ, ਤੇਰੇ ਮੂੰਹ ਤੋਂ ਤੇ ਇੰਝ ਹੀ ਲੱਗਦਾ ਕਿ 4 ਵੀ ਤੈਨੂੰ ਬਹੁਤੇ ਦੱਸਦੇ ਮੈਂ। ਅੱਛਾ ਜੀ, ਹਾਂ, ਬਸ 3 ਕੁ ਸਾਲ ਹੀ ਆ। ਮੇਰਾ ਖਿਆਲ ਜਿੰਨੀ ਦੀ ਤੂੰ ਮੇਰੇ ਪੇਸ਼ ਪੈ ਗਈ ਨਾ, ਮੈਨੂੰ ਤੇ 15 ਮਿੰਟ ਵੀ ਅਗਲੇ ਔਖੇ ਹੀ ਲੱਗਦੇ ਆ, ਕਿਉਂਕਿ ਮੈਨੂੰ ਪਤਾ ਤੂੰ ਮੈਨੂੰ ਖਪਾਉਣਾ ਵਾ, ਮੈਂ ਤੈਨੂੰ 2-4 ਸੁੱਟਣੀ ਆ ਵਾ, ਉਸ ਤੋਂ ਬਾਅਦ ਮੈਨੂੰ ਲੋਕਾਂ ਨੇ ਸੁੱਟਣੀ ਆ ਵਾ, ਇਹ ਮੈਨੂੰ ਇਹਦੀ ਦਊ ਦਊ ਦੀ ਲੋੜ ਪੈ ਜਾਣੀ, ਫਿਰ ਜਾ ਆਪਣਾ ਕੰਮ ਕਰ ਬੀਬੀ। ਮਹਿੰਗੀ ਨਹੀਂ ਹੈ ਭਰਾਵਾ, ਵੈਸੇ 1000 ਰੁਪਏ ਦੀ ਹੈ, ਬਹੁਤੀ ਮਹਿੰਗੀ ਨਹੀਂ ਹੈ। ਮਜ਼ਬੂਤ ਲੱਕੜ ਦੀ ਬਣੀ ਹੈ, ਤੁਸੀਂ ਵੇਖੋ ਤੇ ਸਹੀ, ਆ ਵੇਖੋ, ਆ ਤੁਸੀਂ ਮਰੀ ਵੇਖੋ, ਆ ਚੜਾਈ ਚੜਨਾ ਹੋਵੇ ਤੇ ਬੰਦਾ ਨਾ ਇੰਜ ਬੋਡਿਆਂ ਦੇ ਹੱਥ ਰੱਖ ਰੱਖ ਕੇ ਚੜਦਾ ਵਾ, ਆ ਤੁਹਾਡੇ ਕੋਲ ਹੋਊਗੀ ਨਾ? ਮੋਟਰਸਾਈਕਲ ਲੈ ਲਊਗਾ ਮੈਂ, ਉੱਤੇ ਚੜਾਈ ਚੜ ਜਾਊਗਾ, ਮੈਨੂੰ ਇਹਦੀ ਲੋੜ ਹੀ ਨੀ, ਮੈਂ ਕਿਉਂ ਰੱਖਾਂ? ਲੈ ਲੈ, ਇੱਕ ਗਰੀਬ ਦਾ ਭਲਾ ਹੋ ਜੂਗਾ, ਮੇਰੇ ਕੋਲ 500 ਰੁਪਏ ਲੈ ਲੈ, ਤੂੰ ਮੰਗਣ ਵਾਲੀ ਆ, ਤੈਨੂੰ ਮੈਂ ਮੰਗਣ ਵਾਲੀ ਲੱਗਣੀ ਆ, 500 ਤੂੰ ਦੇਣ ਡਿਆ ਵਾ, ਦੇਣਾ ਹੀ ਤੇ ਮੇਰਾ 1000 ਰੁਪਏ ਤਾਂ ਦੇ। ਕੀ ਗੱਲ ਹੋ ਗਈ, ਤੂੰ ਮੇਰੇ ਮਾਮੇ ਦੀ ਕੁੜੀ ਆ, ਤੈਨੂੰ ਮੈਂ 1000 ਰੁਪਈਆ ਦੇ ਦੇ, ਇੱਕ ਤੇ ਭਲਾ ਕਰੋ ਤੇ ਉਤੋਂ ਫਿਰ ਮੂੰਹ ਬੋਲਾ ਭਲਾ ਕਰੋ। ਅੱਛਾ ਜੀ, ਆ ਤੇ ਭਲਾ ਕਰੇ ਤੇ ਬੰਦਾ ਪੂਰਾ ਤੇ ਕਰੇ, ਮੈਨੂੰ ਦੇਣ ਡਿਆ ਤੈਨੂੰ ਬੋਲਾ, ਜਿਵੇਂ ਮੈਂ ਮੰਗਣ ਵਾਲੀ ਹੁੰਦੀ ਆ। ਮੈਨੂੰ 500 ਦੀ ਨਹੀਂ ਚਾਹੀਦੀ, ਤੂੰ ਜਾ, ਮੈਨੂੰ ਇਹ ਚਾਹੀਦੀ ਨਹੀਂ, 1000 ਨਹੀਂ ਚਾਹੀਦੀ, ਚੱਲ ਵੇ ਲੋ, ਆ ਵੇਖੋ ਬਣੀ ਹੈ, ਫਾਇਦਾ ਹੋਣਾ ਮੈਨੂੰ ਤਾਂ, ਫਾਇਦਾ ਹੀ ਕੋਈ ਨਹੀਂ ਤੇ ਮੈਂ ਕੀ ਕਰਨੀ ਲੈ ਕੇ। ਚੱਲ ਲੈ ਲਾ ਫਿਰ, ਮੈਂ ਤੇ ਤੈਨੂੰ ਕਹਿਣ ਡਈ ਕਿ ਬਈ ਆ ਬੜੇ ਫਾਇਦੇ ਆ ਇਹਦੇ ਨਾਲ, ਬੰਦਾ ਉਹ ਚੀਜ਼ 2 ਰੁਪਏ ਹੋਵੇ ਤੇ ਆ ਵੇਖੋ ਨਾ, ਇਹਦੇ ਨਾਲ ਬੰਦਾ ਇੰਜ ਕਰਕੇ ਇੰਜ ਕਰਕੇ ਕੋਲ ਵੀ ਕਰ ਸਕਦਾ, ਉੱਠਣਾ ਨਹੀਂ ਪੈਂਦਾ, ਉੱਠ ਕੇ ਨਹੀਂ ਫੜਨੀ ਪੈਂਦੀ। ਹਾਂਜੀ ਹਾਂਜੀ, ਮੈਨੂੰ ਨਜ਼ਰ ਆਉਂਦਾ ਤੈਨੂੰ ਹੀ ਇੱਥੋਂ ਫੜ ਕੇ, ਤੇ ਮੈਂ ਐਂ ਕਰਾਂ, ਚੱਲ ਜੀ ਆਪਣਾ ਕੰਮ ਕਰ, ਚੱਲ ਜਾ ਨਿਕਲ ਇੱਥੋਂ। ਆ ਵੇਖ ਨਾ ਭਰਾਵਾ, ਵੇਖ ਤੇ ਸਹੀ, ਅਰ ਬਾਥਰੂਮ ਚ ਵੀ ਕੰਮ ਆ ਸਕਦੀ। ਕੁੱਤਾ ਪੇਵੇ ਉਹਨੂੰ ਵੀ ਮੈਂ ਮਾਰ ਸਕਦਾ, ਹੈਨਾ, ਕੁੱਤਾ ਪੇਵੇ ਉਹਨੂੰ ਮਾਰ ਸਕਦਾ, ਕੋਈ ਛਿਪਕਲੀ ਵੀ ਮਾਰ ਸਕਦਾ ਇਹਦਾ ਨਾ ਮੈਂ। ਹਾਂਜੀ ਹਾਂਜੀ, ਹੈ ਨਾ? ਨਹੀਂ ਨਹੀਂ, ਬਾਥਰੂਮ ਜਦੋਂ ਤੂੰ ਜਾਏਗਾ, ਉਹ ਤੇਰੇ ਕੋਲ ਸਾਰੀ ਸਾਰ ਕਿਸਮ ਦੀ ਸੋਟੀ ਤੇ ਡਾਂਗ ਹੈਗੀ ਹੈ। ਹਾਂਜੀ, ਮਤਲਬ ਸੋਟੀਆਂ ਡਾਂਗਾਂ ਹੀ ਵੇਚਣੀ, ਉਹ ਤੇਰੇ ਕੋਲ ਡਾਂਗ ਹੈ ਕਿਹੜੀ? ਜਦੋਂ ਸੋਮਾ ਮਾਰੀ ਦੇ ਨੇੜੇ ਹੋਵਾਂ ਤੇ ਮੰਜੀ 'ਚ ਡਾਂਗ ਫੇਰਦਾ, ਉਹ ਹੈਗੀ ਹੈ? ਨਹੀਂ ਉਹ ਨਹੀਂ, ਤੇ ਫਿਰ ਮੈਨੂੰ ਉਹ ਚਾਹੀਦੀ, ਮੈਨੂੰ ਇਹ ਚਾਹੀਦੀ ਨਹੀਂ। ਜਦੋਂ ਤੇਰੇ ਕੋਲ
ਕੁੱਤਾ ਮਾਰਨ ਵਾਲੀ ਆਈ ਦੋ ਤਿੰਨ ਚਪਲਾਂ ਨਾ ਖਾ ਲਈ ਨਿਕਲਾ ਤੋ ਚੱਲ ਆਪਣਾ ਕੰਮ ਕਰ ਮੈਂ ਚਪਲਾਂ ਮਾਰਨੀ ਹੈ ਕਿਥੋਂ ਚਾਰਲੀ ਚਪਲਾਂ ਲੈ ਕੇ ਤੁਰ ਪਈ ਇਹਨੂੰ ਤੂੰ ਤਾਂ ਦੱਸ ਫਿਰ ਹੁਣ ਲੈਣਾ ਕਿ ਨਹੀਂ ਪੰਜਾਬੀ ਚ ਪੜ੍ਹੀ ਲਿਖੀਆਂ ਫੈਮਲੀਆਂ ਬੈਂਡ ਵਾਲਾ ਕਹਿ ਤੈਨੂੰ ਘਰ ਕੋਈ ਕੰਮ ਨੀ ਤੈਨੂੰ ਹੋਰ ਕੋਈ ਕੰਮ ਨੀ ਸੋਟੀਆਂ ਵੇਚਣੀਆਂ ਨੀ ਤੂੰ ਜਾ ਕਿਧਰੇ ਜਾ ਕੇ ਵੇਚ ਕੇ ਮੇਰੇ ਪੇਸ਼ ਪੈ ਗਈ ਤੈਨੂੰ ਮੈਂ ਹੀ ਨਜ਼ਰ ਆਇਆ ਤੈਨੂੰ ਪਤਾ ਲੱਗੇ ਕਿ ਮੈਂ ਬੜਾ ਵੱਡਾ ਸੌਦਾਗਰ ਹਾਂ ਕੋਈ ਜਿਹਨੇ ਤੇਰੇ ਕੋਲ ਸੋਟੀਆਂ ਲੈ ਲੈਣੀਆਂ ਜਾ ਮੈਨੂੰ ਇਹਦਾ ਫਾਇਦਾ ਹੀ ਨਹੀਂ ਕੀ ਫਾਇਦਾ ਇਹਦਾ ਚੱਲ ਤੇਰੇ ਭੈਣ ਭੜੇਵੀਆਂ ਭੜੇਵੀਆਂ ਵਾਸੀ ਕਿ ਉਹ ਕੀ ਉਹ ਲੱਤੋਂ ਪੈਰੋਂ ਮਜ਼ਦੂਰ ਆ ਸੋਟੀਆਂ ਨਾ ਟੁਰਦੇ ਆ ਉਹਨਾਂ ਨੂੰ ਮੈਂ ਸੋਟੀਆਂ ਉਹਨਾਂ ਤੇ ਲੈ ਜਾ ਇੱਥੋਂ ਗਿਫਟ ਹੈ ਉਹ ਜਾ ਆਪਣਾ ਕੰਮ ਕਰ ਬੀਬੀ ਦਿਮਾਗ ਨਾ ਖਾ ਮੇਰੇ ਚੱਲਣਾ ਕਿੱਥੇ ਵੀਰੇ ਮੈਂ ਜਿੱਥੇ ਵੀ ਚੱਲਾਂ ਵਾ ਤੈਨੂੰ ਕੀ ਲੱਗੇ ਤੂੰ ਆਪਣਾ ਜਾ ਕੇ ਉਹਦਾ ਕੰਮ ਵੇਚ ਸੌਦਾ ਚੱਲ ਜਾ ਆਪਣਾ ਕੰਮ ਵੇਖ ਤੇ ਸਹੀ ਫੜ ਕੇ ਹੱਥ ਉਹ ਇਹਨੂੰ ਮੈਂ ਵੇਖ ਲਿਆ ਲਾ ਕੀ ਆਦਾ ਆਹ ਕਿੱਡੀ ਸੋਹਣੀ ਲੱਗਣੀ ਤੇਰੇ ਹੱਥ ਜੋ ਨਹੀਂ ਕਿ ਸੋਹਣੀ ਲੱਗਣੀ ਤੇ ਮੋਬਾਈਲ ਕਿਤੇ ਫੋਟੋ ਖਿੱਚ ਮੇਰੀ ਦੀ ਫੋਟੋ ਵੀ ਨਾਲ ਲਾ ਜਾ ਅੱਧੇ ਇਹ ਛੋਟੀ ਕੋ ਰੱਖ ਲਾ ਮੈਂ ਨਹੀਂ ਖਿੱਚ ਲੈਣੀ ਵੇ ਵੇਖ ਕੇ ਜਵਾਨੀ ਚ ਤੇਰੇ ਹੱਥ ਚ ਕਿੱਡੀ ਸੋਹਣੀ ਲੱਗਣ ਦੀ ਤੇ ਬੁਢਾਪੇ ਚ ਕਿਦਾਂ ਦੀ ਲੱਗੂ ਉਦੋਂ ਮੈਂ ਲੈ ਲਵਾਂਗਾ ਜਦੋਂ ਮੈਨੂੰ ਜੜੇਗਾ ਨਾ ਬੁਢਾਪਾ ਉਦੋਂ ਮੈਂ ਲੈ ਲਵਾਂ ਹੋਰ ਬਜ਼ੁਰਗ ਹੈਗੇ ਘਰ ਵੀਰੇ ਮੈਂ ਤਾਂ ਕਹਿੰਦੀ ਆ 6 ਕੁ ਰਹਿ ਗਈਆਂ ਸਾਰੀਆਂ ਹੀ ਲੈ ਲਾ ਬਜ਼ੁਰਗ ਹੈਗੇ ਆ ਛੇਲ ਇੱਕ ਮਿੰਟ ਵੀਰੇ ਗੱਲ ਤੇ ਸੁਣ ਹੁਣ ਕੀ ਘੱਟ ਕਰ ਲੂੰਗੀ ਪੈਸੇ ਹਾਂ ਪੈਸੇ ਘੱਟ ਕਰ ਮੈਂ ਲੈਣੀ ਨਹੀਂ ਤੇ ਮੈਨੂੰ ਆਧਾਰ ਦੀ ਆ ਚੱਲ ਤੂੰ 800 ਦੇ ਦੇ ਹੈ 800 ਦੇ ਦੇ ਮੈਨੂੰ ਫਾਇਦਾ ਕੀ ਮੈਨੂੰ ਮੈਂ ਤੈਨੂੰ ਕਿਹਾ ਮੈਨੂੰ ਫਾਇਦਾ ਹੀ ਨਹੀਂ ਇਹਦਾ ਹੈਗਾ ਇਹਦੇ ਬੜੇ ਫਾਇਦੇ ਆ ਤੈਨੂੰ ਦੱਸਣ ਤੇ ਡਈ ਆ ਇਹਦੇ ਨਾਲ ਚੀਜ਼ ਬੰਦਾ ਉਹਦੇ ਵੀ ਕਰ ਸਕਦਾ ਵਾ ਅੱਛਾ ਹੋ ਗਈ ਚੀਜ਼ ਜਨਾਨੀ ਕੋਈ ਗੱਲ ਤੇਰੀ ਨਾ ਮੰਨੇ ਤਾਂ ਉਹ ਵੀ ਤੇ ਰੱਖ ਸਕਣਾ ਜਨਾਨੀ ਦੇ ਅੱਛਾ ਹਾਂ ਤੇ ਤੂੰ ਨਹੀਂ ਮੰਨਣੀ ਪਹਿਲਾਂ ਤੇਰੇ ਸੱਟਾਂ ਦੋ ਮੇਰੇ ਕੱਤੇ ਸੁੱਟ ਤੂੰ ਵੀ ਜਨਾਨੀ ਗਈ ਆ ਤੂੰ ਕਿਹੜਾ ਮਤਲਬ ਮਤਲਬ ਮੈਂ ਜਨਾਨੀ ਆ ਤੂੰ ਤੇਰੀ ਜਨਾਨੀ ਤੇ ਨਹੀਂ ਨਾ ਵੀਰੇ ਮੇਰੀ ਨਾ ਹੋਵੇ ਹੈ ਤੇ ਔਰਤ ਹੀ ਆ ਨਾ ਚੱਲ ਵੀਰੇ ਹੁਣ 800 ਦੇਣਾ ਕਿ ਨਹੀਂ ਮੈਂ ਤਾਂ 200 ਵੀ ਨਹੀਂ ਤੈਨੂੰ ਦੇਣਾ ਐ ਮੇਰਾ ਦਿਮਾਗ ਆਣ ਡਈ ਇੱਕ ਮਿੰਟ ਵੀਰੇ ਅਵੇ ਇੱਕ ਤੇ ਸਹੀ ਚੱਲ 600 ਦੇ ਦੇ ਹੈ 600 ਦੇ ਦੇ ਚਾਂਦ ਦਾ ਟਾਈਮ ਆ ਗਰਮੀ ਦੇ ਵਿਚ ਲਈ ਪੈਣਾ ਮੈਂ ਹਮਦਰਦਾ ਲੈਂਦੀ ਚਾਹੀਦੀ ਕਿਉਂਕਿ ਬਾਥਰੂਮ ਜਾਣਾ ਹੁੰਦਾ ਨਾ ਤਰਾ ਉਹ ਹਮਦਰਦਾ ਲੈਂਦੀ ਜਾਂ ਕਰਸ਼ੀ ਵਾਲਿਆਂ ਦੀ ਚੰਗੀ ਹੁੰਦੀ ਵੀ ਸਿੱਧੀ ਹੋ ਜਾਂਦੀ ਉਹਦੇ ਨਾਲ ਵੀਰੇ ਪਤਾ ਕੀ ਗੱਲ ਆ ਸ਼ਾਮ ਦਾ ਟਾਈਮ ਆ ਮੈਂ ਕਹਿੰਦੀ ਆ ਕਿ ਚੱਲ ਤੇਰਾ ਨਾ ਮੇਰੀ ਵੀ ਰੇਸੀ ਬਣ ਜਾਊਗੀ ਤੇ ਚੱਲ ਤੇਰੇ ਵੀ ਕੰਮ ਆ ਜਾਏਗੀ
ਮੈਂ ਨਾ ਐਵੇਂ ਯਾਰ ਦੋ ਤਿੰਨ ਫੜ ਕੇ ਨਾ ਤੈਨੂੰ ਸੁੱਟਣੀ ਆ ਵੀ ਲੋਕਾਂ ਦੇ ਕੋਲ ਤਮਾਸ਼ਾ ਕਿਉਂ ਬਣਾਉਣ ਦੀ, ਮੈਨੂੰ ਇਹਦੀ ਲੋੜ ਹੀ ਨਹੀਂ, ਮੈਂ ਲੈਣੀ ਨੇ 4 ਸਾਲ ਬਾਅਦ ਵੀ ਤਾਂ ਲੋੜ ਪੈਣੀ ਆ ਨਾ ਉਹ 4 ਸਾਲ ਬਾਅਦ ਐਡੀ ਕਿਹੜੀ, ਮੈਨੂੰ ਪੁਰਾਣੀ ਖਪਤ ਹੋ ਜਾਣੀ, ਮੈਨੂੰ 4 ਸਾਲ ਬਾਅਦ ਇਹਦੀ ਲੋੜ ਪੈਣੀ ਤੇ ਲੈ ਲਾ ਨਾ। ਕੀ ਹੋ ਗਿਆ ਤੈਨੂੰ, ਇੱਕ ਮਿੰਟ ਤੇਰੀ ਗੱਲ ਤੇ ਸੁਣ। ਹੁਣ ਕੀ ਕਰ ਲਾ, ਖੜ ਜਾ ਵੀਰੇ, ਇੱਕ ਮਿੰਟ ਮੇਰੀ ਗੱਲ ਵੀਰੇ, ਆ ਲੈ ਆ, ਪਸੰਦ ਕਰਨਾ ਚੱਲ ਰਿਹਾ ਨਹੀਂ ਤੇ ਆ ਲੈ ਲਾ, ਇਹ ਸੱਸੀ ਦੇ ਦੂੰਗੀ ਤੈਨੂੰ ਮੈਂ। ਐ ਬਤਲੀ ਤੇਰੇ ਆ ਤੇ ਆ, ਤੂੰ ਰੱਖ ਕੋਲ, ਤੂੰ ਲੈ ਕੇ ਟੁਰੀ ਐ ਕਰਕੇ ਐ ਕਰਕੇ ਮੈਨੂੰ ਤੇ ਪਹਿਲੇ ਤੂੰ ਮੈਨੂੰ ਦੱਸ ਵੀ ਪਤਨੀ ਤੈਨੂੰ ਪਸੰਦ ਨਹੀਂ, ਹਾਂ ਤੇ ਤੈਨੂੰ ਵੀ ਤੇ ਮੋਤੀ ਜੀ ਕੱਢ ਕੇ ਤਾਂ ਕਿਹਦੇ ਆਵੇਂ, ਆ ਸਹੀ ਆ। ਉਹ ਮਦਰੋਂ ਲੈ ਜਾ ਕਿਧਰੋਂ, ਮੈਂ ਤਾਂ ਸਾਰੀਆਂ ਤਾਂ 200 ਲੈਣੀ ਹੈ, ਸਾਰੀਆਂ ਤਾਂ 200 ਦੇ ਆ ਵੀਰੇ, 200 ਤੇ ਮਾਰ ਦੀ ਬਣਾ ਤੂੰ ਵੀ ਨਹੀਂ ਆ ਤੇ ਫੇਰ ਮੇਰੇ ਪੇਸ਼ ਕਿਉਂ ਪੈਣ ਦੀ, ਮੇਰੇ ਮਗਰੋਂ ਲੈ ਜਾ 1000 ਰੁਪਏ ਦੀ, ਮੈਂ ਤੈਨੂੰ ਸਾਰੀਆਂ ਪੇਸ਼ ਵਿੱਚ ਕਿਵੇਂ ਦੇ ਦਵਾਂ ਵੀਰੇ, ਆ ਫੜ ਆਪਣੀ 1000 ਰੁਪਏ ਦੇ, 1000 ਰੁਪਏ ਦੀ ਜਾ, ਚਲ ਤੂੰ ਉਹ ਲੈ ਲਾ। ਉਹ ਮੈਂ ਸਮਝਦਾਰ ਬੰਦਾ ਇੱਕ ਵੀ ਨਹੀਂ ਲੈਂਦਾ, ਤੂੰ 2 ਕਹਿਣ ਦੀ ਹੈ, ਆ ਕਿਸੇ ਕੰਮ ਦੀਆਂ ਨਹੀਂ, ਮੈਂ ਕਿਉਂ ਲਵਾਂ, ਆ ਵੇਖ ਨਾ ਪਤਾ ਕੀ ਤੂੰ ਕਿਹਾ, ਆ ਸੁੱਕੀ ਆ, ਆ ਇਹ ਫਿਰ ਕੀ ਹੈ ਸੁੱਕੀ, ਆ ਤੇ ਉਹ ਵੇ ਤੇਰੇ ਵਰਗਾ ਵੀ ਤੇ ਮੈਂ ਵਿੱਚੋਂ ਕੱਢ ਕੇ ਦਿੱਤੀ ਆ, ਮਾਂ ਤੇਰੇ ਹੱਥ ਪਾ ਕੇ ਨਾ, ਮੈਂ ਤੈਨੂੰ ਉਹ ਰੇਟ ਦਾ ਨਾ ਮੈਂ ਤੈਨੂੰ ਦੱਸ ਦਿੱਤਾ। ਮੇਰੀ ਗੱਲ ਸੁਣ ਵੀਰੇ, ਸਹਿਣ ਦਾ ਅਹਿਸਾਸ ਕਰੀਦਾ ਹੁੰਦਾ ਵਾ, ਓਏ ਐਡਾ ਤੂੰ ਮੇਰੇ, ਮੈਂ ਤੈਨੂੰ ਅੱਗੇ ਵੀ ਕਹਿਣ ਦਿਆ ਬੰਦੇ ਵੇ ਮਜਮਾ ਵੇਖਣ ਡਿਆ ਵਾ, ਤੇ ਕੋਈ ਤਮੀਜ਼ ਕਰ ਲਾ ਤੂੰ ਮੇਰੇ ਮਗਰ ਮਗਰ ਬੈਠੀ, ਮੈਂ ਨਹੀਂ ਲੈਣੀਆਂ ਸੋਟੀਆਂ, ਮੈਂ ਤੈਨੂੰ ਕਹਿਤਾ, ਚੱਲ ਜਾ ਜਾ ਫਿਰ ਅੱਗੇ ਕਿਵੇਂ ਖਾ ਦੇਂ, ਮੈਂ ਸੋਟੀਆਂ ਵਾ ਕੋਲ ਦਾ ਤੈਨੂੰ ਲੱਗਣਾ, ਭੈਣ ਦਾ ਪੈਦਾ ਹੀ ਕਰਦੇ ਚੁਪੇਲਾ, ਮੈਂ ਤੈਨੂੰ ਘੁਮਾ ਦੇਣੀਆਂ ਨਾ, ਮੈਂ ਤੈਨੂੰ ਦੱਸ ਦਿਆਂ, ਐ ਲਈ ਤੇ ਇੰਜ ਜਾਣਾ ਕਿਵੇਂ ਦੇਵੇਂ, ਵੇਚ ਕੇ ਮੈਨੂੰ ਬਾਅਦ ਕੀ ਪੈਸੇ ਲਿਆ ਦੂੰ ਮੈਂ ਤੈਨੂੰ, ਵੀਰੇ ਇੱਕ ਮਿੰਟ ਮੇਰੀ ਗੱਲ ਤੇ ਸੁਣ, ਹੋਣ ਕੀ ਆ, ਆ ਆ ਦੋਵੇਂ ਲਈ ਜਾਣਾ ਪੈਸੇ, ਤੂੰ ਇੱਕ ਵੀ ਨਹੀਂ ਦਿੱਤੇ, ਆ ਲਈ ਤੇ ਜਾਣਾ ਪੈਸਾ ਤੂੰ ਦਿੱਤਾ, ਮੈਂ ਤੈਨੂੰ ਹੁਣ ਮੈਂ ਤੈਨੂੰ ਅੱਗੇ ਆ ਕੇ ਨਾ ਨਿਕਲ ਜਾ।